ਜਨਾਬ ਮੈਂ ਤੁਹਾਨੂੰ ਕਿਹਾ ਸੀ ਵੀ ਮੈਨੂੰ ਗਲਤ ਫੜ ਕੇ ਲੈ ਆਇਆ ਵੀ ਮਾਰ ਮਾਰ ਰਾਮ ਪਿਆਰੀ ਸਜਾਤੀ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਰਦ ਅਸੀਂ ਮਾਫੀ ਚਾਹਨੇ ਆ ਇਹਦੇ ਵੱਲੋਂ ਮੈਂ ਤੁਹਾਨੂੰ ਕਿਹਾ ਸੀ ਨਾ ਗਲਤ ਬੰਦਾ ਫੜ ਲਿਆ ਨਾ ਤੇ ਤੇਰੀਆਂ ਰਹੀਆਂ ਸਹੀਆਂ ਫੀਤੀਆਂ ਵੀ ਉਤਰ ਜਾਣੀਆਂ ਐਵੇਂ ਪੈਂਟੀ ਚਾਰਤੀ ਹਾਂ ਨਹੀਂ ਤੇ ਆ ਤੇ ਜੇ ਇੱਕ ਅੱਧਾ ਬੰਦਾ ਚੰਗਾ ਨਿਕਲ ਵੀ ਆ ਤੇ ਕੀ ਹੋਇਆ ਇੱਕ ਤੇ ਹੋਇਆ ਅੱਧਾ ਕੀ ਹੋਇਆ ਤੂੰ ਐਵੇਂ ਵਿੱਚ ਆਪਣੀ ਸੇਲ ਕਰੀ ਓਏ ਅੱਜ ਕੱਲ ਬੰਦਾ 100 ਗ੍ਰਾਮ ਵੀ ਚੰਗਾ ਹੁੰਦਾ 100 ਗ੍ਰਾਮ ਕਿਵੇਂ ਜੀ ਉਹ ਭਾਈ ਐਦਾਂ ਹੈ ਕਿਸੇ ਦਾ ਦਿਲ 50 ਗ੍ਰਾਮ ਵੀ ਹੁੰਦਾ ਜਿਹੜਾ ਆ ਕੇ ਕਹਿੰਦਾ 50 ਗ੍ਰਾਮ ਸੱਚਾਈ ਹੈ ਜੀ ਮੇਰੇ ਕੋਲੋਂ ਗਲਤੀ ਹੋ ਗਈ ਜਿਵੇਂ ਕਿ ਮੇਰਾ ਵੈਸੇ ਮੇਰਾ 50 ਗ੍ਰਾਮ ਨਹੀਂ ਜੀ ਮੇਰਾ ਤਾਂ 60 ਕਿਲੋ ਚੰਗਾ ਤੇ ਵੈਸੇ ਵਜਨ ਮੇਰਾ 62 ਕਿਲੋ ਦਾ 2 ਕਿਲੋ ਕੱਪੜਿਆਂ ਦਾ ਵੀ ਹੋਣਾ ਨਹੀਂ ਕੱਪੜਿਆਂ ਨਾਲ ਕੀ ਫਰਕ ਪੈਂਦਾ ਯਾਰ ਬਿਲਕੁਲ ਸਹੀ ਗੱਲ ਕਹੀ ਹੈ ਜੀ ਇਹੀ ਗੱਲ ਅਸੀਂ ਘੋੜੇ ਦੀਆਂ ਅੱਖਾਂ ਤੇ ਪੱਟੀ ਲਾ ਕੇ ਉਹਦੇ ਕੰਨ 'ਚ ਕਹੀ ਦੀ ਹੈ ਵੀ ਦੇਖ ਭਰਾਵਾ ਤੇਰੇ ਕੱਪੜੇ ਨਹੀਂ ਪਾਏ ਤੂੰ ਸਿੱਧਾ ਤੁਰਿਆ ਜਾਣਾ ਕੱਪੜੇ ਗੱਟੇ ਗਹਿਣੇ ਲੱਥੇ ਇਹਨਾਂ 'ਚ ਕੀ ਰੱਖਿਆ ਸਿਕੰਦਰ ਵੀ ਖਾ ਗਿਆ ਹਾਂ ਸਭ ਖਾਲੀ ਗਏ ਕੀ ਬਾਤ ਹੈ ਯਾਰ ਬਹੁਤ ਮੇਰੇ ਕੋ ਘੋੜਾ ਕੀ ਕਹਿੰਦਾ ਘੋੜੇ ਨੇ ਕੀ ਕਹਿਣਾ ਜੀ ਪੂਛ ਮਾਰ ਕੇ ਤੁਰਦਾ ਜਾਂਦਾ ਉਹ ਗੱਲ ਸੁਣ ਓਏ ਓਏ ਸਾਡਾ ਵੱਡਾ ਘੋੜਾ ਮਤਲਬ ਸਾਡੇ ਵੱਡੇ ਸਾਹਿਬ ਆਣ ਵਾਲੇ ਨੇ ਇਸ ਤੋਂ ਪਹਿਲਾਂ ਤੈਨੂੰ ਆਪਣੀ ਪੂਛ ਮਾਰਨ ਤੂੰ ਆਪਣੀ ਪੂਛ ਲੈ ਕੇ ਇੱਥੋਂ ਨਿਕਲ ਜਾ ਚਲੋ ਠੀਕ ਹੈ ਸ਼ੁਕਰੀਆ ਜੀ ਸਾਈਡ ਦੇ ਓਏ ਆ ਲੈ ਜੀ ਓਏ ਇਹ ਕੀ ਕੀਤਾ ਤਾਂਗਾ ਸਾੜ ਕੀਤਾ ਜਿਹੜਾ ਇੱਥੇ ਖੜਾਇਆ ਸੀ ਲੈ ਕੇ ਨਹੀਂ ਆਣਾ ਤੇ ਘੋੜਾ ਕਿੱਥੇ ਸੀ ਘੋੜਾ ਸੀ ਹਾਂ ਤੂੰ ਜਾ ਨਾ ਹੁਣ ਹੋ ਜਾਂਦਾ ਹੈ